अस्सलाम वालेकुम नाज़रीन, मैं आपकी मेज़बान अबीरा खान और आप देख रहे हैं सिटी 42 और सिटी प्रोग्राम में वेलकम हो गया नाज़रीन। आज मैं रेस कोर्स आई प्रोग्राम करने आप आए थे, पूछेंगे लोगों ने सवाल ते मारेंगे जुगता। चलो चलिए लोगों वाले, अस्सलाम वालेकुम। वालेकुम अस्सलाम। की करना है सर से ते? असी तो तमाल पाणा है। माल क्यों पाणा है? एवी दिल करदा है। इथे क्यों? क्योंकि इथे ज्यादा आवाम ज्यादा है। आवाम ज्यादा कर देखी हो तुसी? ਅਸੀਂ ਲੋਕਾਂ ਦੀਆਂ ਬੁਰਾਈਆਂ ਮੁਨਾਫਿਕ ਜੇ ਲੱਗਣ ਦੇ ਸੀ ਮੈਨੂੰ ਪਹਿਲੇ ਹੀ ਤੇ ਉਹਨਾਂ ਨੇ ਕਹਿ ਦਿੱਤਾ। ਮੈਨੂੰ ਪਹਿਲੇ ਦੱਸੋ ਤੁਹਾਨੂੰ ਕਾਹਦਾ ਸ਼ੌਕ ਆ ਬਾਲ ਲੰਬੇ ਰੱਖਣ ਦਾ? ਮੈਂ ਨਰਗਸ ਬਣਨਾ ਬਾਅਦ ਚ। ਫੇਰ ਧਮਾਲ ਬਣਦੀ ਆ। ਨਰਗਸ ਹੀ ਕਿਉਂ ਬਣਨਾ ਚਾਹੁੰਦੇ ਹੋ? ਕਿਉਂਕਿ ਉੱਥੇ ਨੋਟ ਬੜੇ ਮਿਲਦੇ ਨੇ। ਦੀਦਾਰ ਬਣ ਜਾ, ਇਹ ਤੇ ਤੁਹਾਡੀ ਉਂਝ ਦੀ ਨਾ ਦੀਦਾਰ ਵਰਗੀ। ਨਰਗਸ ਸਹੀ ਹੈ, ਬਹੁਤੇ ਨੋਟ ਆਉਂਦੇ, ਬਹੁਤੇ ਨੋਟ ਆਉਂਦੇ ਨੇ। अच्छा सही। चलो मेरे सवाल का जवाब देना, तुसी दसना वा कि वो किदी शै वा जड़ी तुरदी फिरदी ते नहीं पर आपां नूं बन के रखदे आ? बुड्ढी लंगड़ी है तुहाडी? नहीं। फिर पाल जो होया? क्योंकि बुड्ढी नूं बन के रखना पैंदा ना, वो शै तुरदी फिरदी नहीं, बुड्ढी ते तुरदी फिरदी है ना। नहीं तुझको मैं हार गया? नहीं वैसे हारिया तो नहीं, फिर भी ठीक है। मन्नो तुसी कहता है मगर फिर भी ठीक है। पीठ हड्डी सुनिया नाजरीन तुसी हुंदे को जी। अच्छा एक और सवाल तुसी दसना वा के साडे मुआशे च मर्द नु ज्यादा मतलब अफजल समझा जांदा या औरतां नु? पहले मैंने कोई गल दा जवाब दियो, कदी औरत दा नाम अफजल होया? नहीं। तो फिर ओहो ओला अफजल नहीं, मैं क्या ओ अहमियत वाला अफजल है? ਦੱਸੋ ਕੌਣ ਅਫਜ਼ਲ ਆ? ਅਫਜ਼ਲ ਹੈ ਜ਼ਿਆਦਾ ਤੇ ਜਿਹੜਾ ਹੈਗਾ ਨਾ ਬੰਦਾ ਹੀ ਨੇ। ਆਪਣੇ ਮੱਲੇ ਦਾ ਅਫਜ਼ਲ ਨਾ ਕੋਈ ਦੱਸ ਦੇਣਾ, ਉਹ ਅਫਜ਼ਲ ਆ। ਤੁਸੀਂ ਮੇਰੇ ਦੋਸਤ ਹੀ ਨਹੀਂ ਅਫਜ਼ਲ ਹੀ ਕਹਿੰਦੇ? ਨਹੀਂ ਹੈ ਨੇ। ਹਾਂ ਹੋਣਗੇ, ਮਤਲਬ ਤੁਸੀਂ ਦੱਸੋ ਕਿ ਔਰਤਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਜਾਂ ਮਰਦ? ਮਰਦ ਉਹ ਕਹਿੰਦੇ ਮਰਦ ਅਹਿਮੀਅਤ ਰੱਖਦੇ ਨੇ, ਜਦੋਂ ਵੀ ਕੋਈ ਖਰਚਾ ਹੁੰਦਾ ਬੁੱਢੀ ਦਾ ਤੇ ਪਹਿਲੇ ਬੰਦੇ ਨੂੰ ਹੀ ਕਹਿੰਦੇ ਨੇ। ਘਰ ਦੇ ਕੰਮ ਕਰਨੇ ਹੋਏ ਤੇ ਬੁੱਢੀ ਕਰਦੀ ਆ, ਬਾਹਰ ਦੇ ਕੰਮ ਬੰਦੇ ਹੀ ਕਰਦੇ ਨੇ। ਘਰ ਦੇ ਕੰਮ? ਅੱਛਾ ਘਰ ਦੇ ਨਹੀਂ ਹੋਣਾ, ਜਦੋਂ ਰੁਪਈਏ ਲੈਣੇ ਹੋਣ ਉਹ ਤਾਂ ਬੰਦੇ ਨੂੰ ਹੀ ਆਵਾਜ਼ ਦਿੱਤੀ ਜਾਂਦੀ ਹੈ। ਬੁੱਢੀਆਂ ਵੀ ਜੋਬ ਕਰਦੀਆਂ ਇੰਜ ਤੇ? ਉਹ ਫੇਰ ਵੀ ਜਿਹੜਾ ਹੈਗਾ ਨਾ ਬੰਦੇ ਕੋਈ ਮੰਗਦੀਆਂ। ਹਾਂ ਪਰ ਕਈ ਨਹੀਂ ਵੀ ਮੰਗਦੀਆਂ ਤੇ ਉਹ ਦੀ ਆਦਤ ਹੈ ਨਾ। ਕਈਆਂ ਦੀ ਨਹੀਂ ਵੀ ਆਦਤ ਹੁੰਦੀ, ਉਹ ਤੁਸੀਂ ਜੋ ਮਰਜ਼ੀ ਕਰ ਲਓ। ਅਫਜ਼ਲ ਪਾ ਆ ਕੋਈ ਲੌਜੀਕ ਨਹੀਂ ਭਾਈ, ਆ ਕੋਈ ਲੌਜੀਕ। ਅੱਛਾ ਚਲੋ ਠੀਕ, ਮੈਂ ਤੁਹਾਡੇ ਨਾਲ ਸਵਾਲ ਕਰਾਂ। ਤੁਸੀਂ ਲੋਕਾਂ ਨਾਲ ਸਵਾਲ ਕਰੀ ਜਾ ਰਹੇ, ਮੈਨੂੰ ਇਹ ਦੱਸੋ ਕਿ ਸਭ ਤੋਂ ਵੱਡਾ ਜਾਦੂ ਕਿੱਥੇ ਹੁੰਦਾ? ਸਾਡੇ ਮੇਕਅਪ ਰੂਮ 'ਚ ਚੈਨਲ ਦੇ। ਸਭ ਤੋਂ ਵੱਡਾ ਜਾਦੂ ਹੁੰਦਾ ਬਿਊਟੀ ਪਾਰਲਰ 'ਚ ਜਾਂਦੇ। ਉਹੀ ਹੋ ਗਿਆ ਨਾ, ਇਸ ਤਰ੍ਹਾਂ ਨਹੀਂ ਨਾ। ਸਭ ਤੋਂ ਵੱਡਾ ਜਾਦੂ ਹੁੰਦਾ ਬਿਊਟੀ ਪਾਰਲਰ 'ਚ ਜਾਂਦੇ ਆਂਟੀ ਸਮੀਨਾ, ਤੇ ਬਾਅਦ 'ਚ ਆਉਂਦੇ ਕੁਛ ਹੋਰ ਹੀ ਨੇ। ਬੇਬੀ ਡੋਲ? ਬੇਬੀ ਡੋਲ ਵੀ ਹੁੰਦੀਆਂ ਵਾ? ਨਹੀਂ। ਆਪਣੇ ਆਹ ਸਭ ਕਿਉਂ ਲਾ ਰਹੇ ਹਰ ਪਾਸੇ ਤੁਸੀਂ? ਉਹ ਨਹੀਂ, ਮੈਂ ਸ਼ਰੀਫ ਆਦਮੀ ਹਾਂ। ਮੈਂ ਲੱਗ ਰਿਹਾ ਵਾ ਤੇ ਤੁਸੀਂ ਕੋਈ ਕੰਮ ਨਹੀਂ ਕਰਦੇ ਉਂਝ? ਨਹੀਂ ਮੈਂ ਮੈਜਿਕ ਪ੍ਰੋਫੈਸਰ, ਮੈਜਿਕ ਕਰਨਾ। ਮੇਰਾ ਮੈਜਿਕ ਕਰਦੇ ਆ ਤੁਸੀਂ? ਮੈਂ ਬਹੁਤ ਕਿਸਮ ਦੇ ਮੈਜਿਕ ਕਰਨਾ। ਕਸਮੇ ਮੈਜਿਕ ਕਰਕੇ ਕਦੀ ਤੁਸੀਂ ਆਪਣੀ ਸ਼ਕਲ ਬਦਲ ਲਵੋ ਨਾ। ਯਕੀਨ ਮੈਨੂੰ, ਮੇਰੇ ਤੋਂ ਕੁੜੀਆਂ ਮਰਦੀਆਂ ਸ਼ੁਰੂ ਹੋ ਜਾਣਗੀਆਂ। ਚਲਿਆ ਕਰੋ ਨਾ ਮਰਨ। ਨਹੀਂ ਫੋਨਾਂ ਮਰਦੀਆਂ ਹੋਣੀਆਂ? ਨਹੀਂ ਨਹੀਂ ਇਹ ਗੱਲ ਨਹੀਂ ਹੈ ਵੈਸੇ, ਇਹ ਗੱਲ ਨਹੀਂ। ਤੇ ਹੋਰ ਕਿਹੜੀ ਗੱਲ? ਉਹਦੇ ਹੁਸਨ ਦੇ ਵੇਖ ਕੇ ਮਰਦੀਆਂ ਨੇ ਨਾ। ਕਿਹਦੀ ਸ਼ੈ ਵਾ ਤੁਹਾਡੇ ਵਿੱਚ ਕਿ ਤੁਹਾਡੇ ਤੇ ਲੋਕਾਂ ਨੇ ਮਰਨਾ? ਲਓ ਫਿਰ ਤੁਹਾਨੂੰ ਪਤਾ ਹੀ ਕੁਛ ਨਹੀਂ। ਬੱਚੇ ਦੀ ਤੇ ਨਿੱਕੀ ਚੀਚੀ ਹੁੰਦੀ ਨਾ, ਉਹ ਜਦਾਂ ਨੱਕ ਵਾ ਇੰਨਾ ਜ਼ਿਆਦਾ ਖਿੰਦੇ ਆ ਕਿ ਮਰਦੇ ਕੁੜੀਆਂ ਮਰਦੀਆਂ। ਮੈਂ ਜਿਵੇਂ ਰਕਸ਼ੇ 'ਚ ਕੋਣੀ ਬਾਹਰ ਕੱਢੀ ਹੁੰਦੀ ਨਾ, ਉਹੋ ਜਿਹਾ ਨੱਕ ਤੁਹਾਡਾ। ਅੱਛਾ ਨਾ ਤੁਸੀਂ ਮੈਨੂੰ ਤਿੰਨ ਜੁਗਤਾਂ ਮਾਰਨੀਆਂ ਨਵੀਆਂ। ਅੱਛਾ ਤੇ ਫਿਰ ਇਹੋ ਜਿਹੀਆਂ ਔਰਤਾਂ ਜਿਹੜੀ ਹੈਗੀਆਂ ਨਾ ਗਲਾਸ 'ਚ ਮਿੰਗਣਾ ਪਾ ਕੇ ਕਹਿੰਦੀਆਂ ਨੇ, ਪਹਿਲੀ ਡਿਸਪਰੀਨ ਵੇਖੀ ਜਿਹੜੀ ਖੁਰਦੀ ਨਹੀਂ। ਮਿੰਗਣਾ ਦਾ ਰੰਗ ਡਿਸਪਰੀਨ ਦਾ ਰੰਗ ਹੋਰ ਹੁੰਦਾ, ਬੰਦਾ ਪੁੱਛੇ ਇਹ ਨਹੀਂ ਜੁਗਤ ਪਾਉਂਦੀ ਕੀ ਸੀ? ਤੁਸੀਂ ਦੱਸਣਾ ਕਿ ਜੁਗਤ ਹੈ ਜਾਂ ਨਹੀਂ ਹੈ?
ਫਿੱਕੀ ਸੀ ਕੋਈ ਵਧੀਆ ਜੀ ਮਾਰੋ ਇਹੋ ਜੀ ਤੁਸੀਂ ਦੱਸ ਦਿਓ ਹੋ ਜੀ ਮਾਰ ਦਿੰਦੇ ਜੋ ਕਹਦੇ ਚਲੂੰਗੀ ਚ ਨਸੀਬ ਸੁਆਏ ਹੁੰਦੇ ਆਮਦ ਨਹੀਂ ਆ ਰਹੀ ਦੋ ਜੁਗਤਾ ਯਾਰ ਸੀ ਸਾਰੀ ਜ਼ਿੰਦਗੀ ਦੋ ਹੀ ਕੀਤੀਆਂ ਤੇ ਉਹੀ ਬਸ ਇਹਨਾਂ ਨੇ ਸੁਣਾ ਦਿੱਤੀਆਂ ਨਾ ਸਾਰੀ ਜ਼ਿੰਦਗੀ ਲੋਕਾਂ ਕੋਲੋਂ ਝਾੜਾ ਖਾਦੀ ਹੈ ਹੈ ਅੱਜ ਤੁਸੀਂ ਨਾ ਇਹ ਜੇ ਕੰਮ ਕਰੋ ਝਾੜਾ ਪੈਣ ਖਾਣੀਆਂ ਚਾਹੀਦੀਆਂ ਝਾੜਾ ਖਾਣ ਨਾਲ ਸਿਹਤ ਸਹੀ ਰਹਿੰਦੀ ਹੈ ਕੋਈ ਟੈਲੈਂਟ ਹੈਗਾ ਤੁਹਾਡੇ ਚ ਨੰਬਰ ਕਿਹੋ ਜਿਹਾ ਫਜ਼ੂਲ ਗੱਲਾਂ ਤੋਂ ਇਲਾਵਾ ਨਹੀਂ ਫਜ਼ੂਲ ਗੱਲਾਂ ਤੋਂ ਇਲਾਵਾ ਬਹੁਤ ਟੈਲੈਂਟ ਹੈਗਾ ਆਪਣੇ ਸਿੰਗਿੰਗ ਦਾ ਹੈਗਾ ਸਿੰਗਿੰਗ ਦਾ ਹੈ ਚਲੋ ਗਾਣਾ ਸੁਣਾ ਦਿਓ ਫਿਰ गुलाबी आंखें जो तेरी देखी शराबी ये दिल हो गया संभालो मुझको हो मेरे यारो संभलना मुश्किल हो गया दिल में मेरे ख्वाब तेरे तस्वीर जैसे हो दीवार पे तुझ पे फिदा मैं क्यों हुआ आता है गुस्सा मुझे प्यार पे मैं लुट गया मन के दिल का कहां मैं कहीं का ना रहा क्या करूं हो दिलवा तेरा ये जादू तेरी आंखों का ये मेरा कातिल हो गया थैंक यू ਬਹੁਤ ਵਧੀਆ ਮਾਸ਼ਾਅੱਲਾ ਇੰਝ ਲੱਗਦਾ ਕੱਛੂ ਕੁੰਮੇ ਦਾ ਮੂੰਹ ਫਿਸਿਆ ਨਹੀਂ ਹੁੰਦਾ ਇੰਝ ਦੀ ਇਹਨਾਂ ਦੀ ਸ਼ਕਲ ਆ ਅਤੇ ਆਵਾਜ਼ ਫੇਰ ਵੀ ਠੀਕ ਸੀ ਲੇਕਿਨ ਤੁਸੀਂ ਨਰਗਿਸ ਬੰਨਾ ਵਾ ਅਤੇ ਨਸੀਬੋ ਲਾਲ ਦੇ ਗਾਣੇ ਸਿੱਖੋ ਠੀਕ ਆ ਨਸੀਬੋ ਲਾਲ ਕਜ਼ਨ ਤਾਂ ਨਹੀਂ ਤੁਹਾਡੀ ਕਜ਼ਨ ਆ ਕਿਉਂਕਿ ਘੁੰਮ ਫਿਰ ਕੇ ਤੁਸੀਂ ਨਸੀਬੋ ਲਾਲ ਆਉਂਦੇ ਨਰਗਿਸ ਤਾਂ ਤੁਸੀਂ ਬੰਨਾ ਨਾ ਯੈਸ ਫਿਰ ਤਾਂ ਉਹਨਾਂ ਦਾ ਮੈਚ ਮੈਚ ਅਸੀਂ ਕਿਹਾ ਤਾਂ ਕ੍ਰਿਕਟ ਕਰਾਉਣੀ ਹੈ ਇਹ ਉਹਨਾਂ ਦੇ ਗਾਣੇ ਆ ਅਤੇ ਕਮਾਈ ਹੋਈ ਆ ਕਰਨੀ ਕਿ ਨਹੀਂ ਨਹੀਂ ਕਹਿੰਦੇ ਕਰਨੀ ਸ਼ੁਕਰੀਆ ਵਧੀਆ ਆ ਗਿਆ ਜੀ ਨਾਜ਼ਰੀਨ ਇੱਕ ਬਹੁਤ ਜ਼ਰੂਰੀ ਗੱਲ ਇਹਨਾਂ ਨੇ ਕਿਹਾ ਸੀ ਮੈਜੀਸ਼ੀਅਨ ਆ ਇਹ ਮੈਜਿਕ ਕਰਦੇ ਆ ਤੇ ਆਪਾਂ ਵੇਖਦੇ ਕਿ ਕਿਹੜਾ ਕਿਹੜਾ ਮੈਜਿਕ ਕਰ ਸਕਦੇ ਤੁਸੀਂ ਕਿਹੜਾ ਕਿਹੜਾ ਮੈਜਿਕ ਕਰ ਸਕਦੇ ਹੋ ਮੈਂ ਬਹੁਤ ਜ਼ਿਆਦਾ ਮੈਜਿਕ ਹੀ ਕਰਦਾ ਕਿਉਂਕਿ ਮੈਂ ਆਪ ਮੈਜੀਸ਼ੀਅਨ ਆ ਤੇ ਆਲ ਪਾਕਿਸਤਾਨ ਦੇ ਵਿੱਚ ਮੈਂ ਪ੍ਰੋਗਰਾਮ ਕਰ ਚੁੱਕਿਆ ਹਾਂ ਅਤੇ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਮੈਜਿਕ ਦਿਖਾਉਂਦੇ ਵੀ ਹਾਂ ਬਲਕਿ ਇੱਕ ਨਹੀਂ ਦੋ ਤੁਹਾਨੂੰ ਮੈਜਿਕ ਦਿਖਾਵਾਂਗੇ ਅਤੇ ਉਹਦੇ ਵਿੱਚ ਤੁਸੀਂ ਆਵਾਮ ਨੂੰ ਚੈਲੰਜ ਵੀ ਦੇ ਸਕਦੇ ਹੋ ਜੇ ਉਹੋ ਜਿਹਾ ਚਾਹੇ ਮਰਜ਼ੀ ਚੈਲੰਜ ਦੇ ਸਕਦੇ ਹੋ ਠੀਕ ਹੈ ਅਤੇ ਸਭ ਤੋਂ ਪਹਿਲੇ ਤੁਹਾਡੇ ਕੋਲ ਟਿਸ਼ੂ ਹੈ ਇਹ ਫੜੋ ਠੀਕ ਹੈ ਹੁਣ ਇੱਕ ਇਹ ਚੈੱਕ ਕਰਨਾ ਜੀ ਅੱਜ ਤੁਹਾਨੂੰ ਇਹਦੇ 'ਚ ਕੁਛ ਨਜ਼ਰ ਆ ਰਿਹਾ ਨਹੀਂ ਇੱਧਰ ਇੱਧਰ ਵੀ ਦੇਖਣਾ ਜੀ ਸਕੇ ਫਿਰ ਉਹ ਇਸ ਤਰ੍ਹਾਂ ਦਿਖਾ ਦਈਏ ਤੁਹਾਨੂੰ ਅਤੇ ਇਹਨੂੰ ਤੁਸੀਂ ਟਿਸ਼ੂ ਨੂੰ ਰੱਖੋ ਇਹਦੇ ਵਿੱਚ ਥੱਲੇ ਕਰਕੇ ਰੱਖਣਾ ਰੱਖ ਦਿਓ ਥੱਲੇ ਕਰਕੇ ਰੱਖਣਾ ਇੱਧਰੋਂ ਨਹੀਂ ਰੱਖਣਾ ਇਹ ਫੜੋ ਇੱਧਰੋਂ ਰੱਖਣਾ ਇੱਧਰੋਂ ਹੀ ਰੱਖਿਆ ਵਾ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਇੱਧਰੋਂ ਨਹੀਂ ਰੱਖਣਾ ਤੁਸੀਂ ਇਹ ਜਿਹੜਾ ਹੈਗਾ ਨਾ ਇਹ ਚੀਜ਼ ਨਹੀਂ ਇਸ ਤਰ੍ਹਾਂ ਦਿਖਾਉਣਾ ਠੀਕ ਹੈ ਇਹ ਖਾਲੀ ਹੈ ਠੀਕ ਹੈ ਅੱਛਾ ਹੁਣ ਅਸੀਂ ਇਹਨੂੰ ਕਰਾਂਗੇ ਬੰਦ ਠੀਕ ਹੈ ਇਹਨੂੰ ਰੱਖੋ ਅੱਛਾ ਹੁਣ ਤੁਹਾਨੂੰ ਟਿਸ਼ੂ ਨਜ਼ਰ ਆ ਰਿਹਾ ਜ਼ਰਾ ਤੁਸੀਂ ਵੀ ਦੇਖ ਸਕਦੇ ਹੋ ਟਿਸ਼ੂ ਨਜ਼ਰ ਆ ਰਿਹਾ ਅਤੇ ਇਹਦੇ 'ਚ ਜਿਵੇਂ ਮੈਂ ਟਿਸ਼ੂ ਰੱਖਿਆ ਇਹਦੇ ਵਿੱਚ ਇਹਦੇ ਤੁਸੀਂ ਟਿਸ਼ੂ ਕੱਢ ਕੇ ਲੋਕਾਂ ਨੂੰ ਦਿਖਾਉਣਾ ਠੀਕ ਆ ਠੀਕ ਹੈ ਅਤੇ ਹੁਣ ਦੇਖਾਂਗੇ ਮੈਜਿਕ ਰੈਡੀ 1 2 3 ਐਂਡ ਮੈਜਿਕ ਟ੍ਰਿਕਸ ਕੱਢ ਕੇ ਦਿਖਾਓ ਜ਼ਰਾ ਨੀਚੇ ਤੇ ਕਰੋ ਇਹਨੂੰ ਕੱਢੋ ਭਾਈ ਧੋਖਾ ਦੇਣਾ ਚਾਹੁੰਦਾ ਵੀਰਾ ਖਾਨ ਨੂੰ ਧੋਖਾ ਦੇਣਾ ਏਡਾ ਆਸਾਨ ਨਹੀਂ ਹੁਣ ਇਹ ਵੇਖੋ ਮੈਂ ਆਪਣੇ ਹੱਥੀ ਕੱਢਾਂਗਾ ਟਿਸ਼ੂ ਬਾਹਰ ਆਏਗਾ ਠੀਕ ਹੈ ਫਿਰ ਕੱਢਾਂਗੇ ਟਿਸ਼ੂ ਬਾਹਰ ਆਏਗਾ ਫਿਰ ਇਸ ਤਰ੍ਹਾਂ ਕਰਕੇ ਵੀ ਦਿਖਾਵਾਂਗੇ ਸਾਰਿਆਂ ਨੂੰ ਟਿਸ਼ੂ ਹੀ ਨਜ਼ਰ ਆਏਗਾ ਠੀਕ ਹੈ ਫਿਰ ਤੁਸੀਂ ਇਹਨੂੰ ਕੱਢਣਾ ਆ ਕੀ ਐਂ ਜਲਾਇਆ ਤੇ ਉਹ ਰੰਗ ਹੀ ਬਦਲ ਗਿਆ ਤੇ ਹਰਾ ਹੋ ਗਿਆ ਅੱਛਾ ਇਹ ਤੇ ਕੁਝ ਵੀ ਨਹੀਂ ਹਲੀ ਇੱਕ ਹੋਰ ਬੜਾ ਮਜ਼ੇਦਾਰ ਮੈਜਿਕ ਹੈ ਚੰਗੀ ਭਲੀ ਕਮਾਈ ਹੋ ਜਾਂਦੀ ਨਾ ਬਹੁਤ ਅੱਲਾ ਦਾ ਸ਼ੁਕਰ ਸਭ ਇਹ ਮੈਨੂੰ ਦੱਸ ਕੇ ਜਾਣਾ ਮੈਂ ਵੀ ਸ਼ੋਅ ਛੱਡ ਕੇ ਇਹੀ ਕੰਮ ਨਹੀਂ ਨਹੀਂ ਤੁਸੀਂ ਇਸ ਤੋਂ ਵੀ ਚੰਗੀ ਕਮਾਈ ਕਰ ਸਕਦੇ ਹੋ ਉਹ ਕਹਿੰਦੇ ਇਸ ਤਰ੍ਹਾਂ ਯਾ ਅੱਲਾ ਯਾ ਅੱਲਾ ਉਹ ਤੁਹਾਡੇ ਗੈਟਅਪ ਤੇ ਸੂਟ ਕਰੇਗਾ ਯਕੀਨ ਹੁੰਦਾ
अच्छा एक और मैजिक तुम मैं दिखाना ठीक है तो ये रिबन। अच्छा मैं ना ए दो लोग इधर बुलाने ने कि है कोई वन के आने वाला कोई आ जाओ हम तुम भी एक मजेदार चीज दिखाइए मजे वाली चीज है बहुत मजेदार खाने वाली ना समझ लेना हाथ लगे और खाने वाली मैं छेड़ देनी। अच्छा तुम देखना है कि साबुत है ठीक है इन कोई जोड़ते नहीं फिर देख लो नहीं। अच्छा तुम इन इस तरह पढ़ना तू जगा ये ऐ पड़ा रहे ए किसी के ढिड च नहीं मारना इन इस तरह फट के रखना ठीक है ओके। बड़े ध्यान देखना जरा ये मैं कर की रहा ओके छड़ दो ठीक है साबत है साबत है एक बार फिर देख लो ए जरा मैं पढ़ाओ भाई ने कट देना कहना साबत नहीं कटो जरा। अच्छा किन्ने पीस हो गए ने पता कोई हाँ दो दो ते इन्होंने अपने हाथी कटे इन हाँ जी चार पीस नजर आ रहे ने ना दो आ चार सिरे और चार सिरे किने दे किने ने चार हुन किने ने दो दो ते एल्फी दा नाम सुनया तुसी मेरा एल्फी दा ओ किया एल्फी जड़ी हुन लान लगे एल्फी अच्छा ठीक है आ देखना एक दो तीन ठीक है हुन एल्फी चेक करना साडी स्पेशल एल्फी है एल्फी का कमाल चेक करना है जहरीला होगा जहरीला सप नहीं धोखे चला के 2 3 एंड मैजिक ट्रिक्स ठीक है ऐसे कितने पीस ने दो ही सी सिरे दो सी एनु आसा तो खिचो जरा उधर नु दो इस तरह हां तुसी भी खिचो जरा खिचो ठीक है इधर दो पीस ने रेडी एक दो तीन ए मैजिक पापा ने मुझे एल्फी रखी होनी है मैंने यकीन नहीं हैगा ते आही दी एल्फी है ना तन दसया नहीं कि एल्फी की है तू चंगी तरह चेक करी जरा खिचो जरा जोर लाओ ध्यान ना बाहों ना कटा लेना इंसान बन जो हां जमा ही चंगा नहीं है बंदा बाला लेला लग रहा चंगा लग ही नहीं रहा बाकी मजा आया मैजिक दा तन्नू हां वाकई लगा लेकिन ये सारी हाथ दी सफाई हुंदी है ना नहीं है झाड़ू दी किसे समझ ए सिर्फ हाथ दी सफाई लोकी समझदे ने कि जादू मगर जादू नहीं हुंदा ठीक है ऐसे बहुत ज्यादा लोग जादू समझ के लोकी बेवकूफ बनते पे ने ते उनां नूं मैं एक पैगाम देना चाहवांगा बेवकूफ ना बनो कि कोई भी जादूगर ऐसा नहीं बैठा जो भी बैठा है सिर्फ हाथ की सफाई वाला बैठा है बाबा जी भी बैठे ने ना तुहानू अंडे च खून कट के देता ते अंडे च तवीज कट के देता मगर वो भी धोखा जे वो भी हाथ की सफाई है हाथ की सफाई है उन्हें को बचो। चलो बहुत शुक्रिया सर कुछ वधिया हो गया जी नाज़रीन वक्त हो गया छोटी सी ब्रेक का तुसी किते नहीं जाना इत्थे ही बैठे रहियो मैं जल्दी वापस आऊंगी। वेलकम बैक नाज़रीन ब्रेक से वापस आ चुकी है चलो चलिए लोगों वाले सवाल करिए तेज उत्ता मारी अस्सलाम वालेकुम वालेकुम अस्सलाम की करन आए ਤੁਸੀਂ ਇੱਥੇ ਅਸੀਂ ਇੰਜੋਏ ਕਰਨ ਆਏ ਆ ਇਹ ਦੰਦ ਕੱਢ ਕੇ ਇੰਜੋਏ ਕੌਣ ਕਰਦਾ ਦੇਖ ਲੋ ਤੁਹਾਡੇ ਵੀ ਨਿਕਲਦੇ ਪਏ ਨੇ ਤੁਹਾਡੇ ਕੱਲਿਆਂ ਦੇ ਨਹੀਂ ਨਿਕਲਦੇ ਪਏ ਇੱਡੇ ਨਹੀਂ ਨਿਕਲਦੇ ਪਰ ਮੇਰੇ ਇੱਡੇ ਨਿਕਲਦੇ ਪਏ ਨੇ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੌਬ ਕਰਦਾ ਇਸਲਾਮਾਬਾਦ ਅੱਛਾ ਤੁਸੀਂ ਉੱਥੋਂ ਆਏ ਹੋ ਬਿਲਕੁਲ ਸਾਰੇ ਲਾਹੌਰ ਦੇ ਵੀ ਨੇ ਵਿੱਚ ਕਰਾਚੀ ਦੇ ਵੀ ਨੇ ਇਸਲਾਮਾਬਾਦ ਦੇ ਵੀ ਨੇ ਉਗਾੜਾ ਦੇ ਵੀ ਨੇ ਮੁਖਲਿਫ ਸ਼ਹਿਰਾਂ ਤੋਂ ਆਏ ਆ ਸੀ ਸਹੀ ਐਡੀ ਖਿਲਰੀ ਫੈਮਿਲੀ ਦੇਖ ਲਓ ਖਿਲਰੀ ਅੱਛਾ
ਕਹਿੰਦੇ ਪਏ ਕੀ ਗੱਲ ਦਾ ਤੁਸੀਂ ਕੀ ਕਰਦੇ ਹੋ ਕੁਛ ਵੀ ਨਹੀਂ ਸਟੱਡੀ ਅਰੇ ਇਹ ਕਹਿੰਦੇ ਪੜ੍ਹਦੀ ਹੈ ਕੀ ਬਣਨਾ ਚਾਹੁੰਦੇ ਹੋ ਪਾਇਲਟ ਤੁਸੀਂ ਕੀ ਬਣਨਾ ਚਾਹੁੰਦੇ ਡਾਕਟਰ ਕੀ ਦੇ ਇਨਸਾਨੋ ਕੇ इंसान आज भी 20 ਸੋ ਫੰਕਸ਼ਨ ਹੁੰਦਾ ਵਾ ਕਿਹਦੇ ਫੰਕਸ਼ਨ ਦਾ ਡਾਕਟਰ ਬਣਨਾ ਚਾਹੁੰਦੇ ਹੋ ਇਹਨੇ ਸੋਚਿਆ ਹੀ ਨਹੀਂ ਲੈ ਨਹੀਂ ਹੈ ਬੋਲਤੇ ਜਾਓ ਹਾਰਟ ਕੇ ਜਿਨਸੇ ਗਾਇਨੋਕੋਲੋਜਿਸਟ ਜਿਨਸੇ ਹੁੰਦੇ ਆ ਉਹ ਵਾਲੇ ਗਾਇਨੋਕੋਲੋਜਿਸਟ ਕਦੀ ਹਾਰਟ ਦੇ ਨਹੀਂ ਹੁੰਦੇ ਨਹੀਂ ਨਹੀਂ ਮੇਰਾ ਮਤਲਬ ਹੈ ਕਿ ਨਾ ਹਾਰਟ ਕੇ ਨਹੀਂ ਮੈਂ ਆਪਕੋ ਕਹੇ ਹਾਰਟ ਕੇ ਨਹੀਂ ਗਾਇਨੋਕੋਲੋਜਿਸਟ ਜਿਨਸੇ ਹੁੰਦੇ ਆ ਉਹ ਅੱਛਾ ਫੇਰ ਸਹੀ ਆ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਵਾ ਪੰਜ ਬੰਦੇ ਦੀਵਾਰ ਤੇ ਬੈਠੇ ਹੋਏ ਆ ਤਿੰਨ ਬੰਦਿਆਂ ਨੇ ਇਰਾਦਾ ਕੀਤਾ ਸੀ ਛਲੰਗ ਮਾਰ ਦੇਣੀ ਪਿੱਛੇ ਕਿੰਨੇ ਰਹਿ ਗਏ ਦੁਬਾਰਾ ਪੁੱਛੇ ਆਪ ਨੂੰ ਅਮਿਤਾਭ ਬੱਚਨ ਸਮਝਿਆ ਵਾ ਐਡੇ ਆਰਡਰ ਪੰਜ ਬੰਦੇ ਦੀਵਾਰ ਤੇ ਬੈਠੇ ਤਿੰਨ ਜਣੇ ਛਲੰਗ ਮਾਰਨ ਦਾ ਇਰਾਦਾ ਕਰ ਲਿਆ ਤੇ ਬਾਕੀ ਪਿੱਛੇ ਕਿੰਨੇ ਰਹਿ ਗਏ ਜਿੰਜ ਬੰਦੇ ਆ ਦੀਵਾਰ ਤਾਂ ਸਿੱਧੀ ਹੁੰਦੀ ਹੈ ਨਾ दीवार पे किस तरह चढ़ सकते हैं दीवार चढ़ सकते बह सकते हैं दो ही बचे फिर मतलब कि पांच लोग हैं तीनों ने इरादा किया छलांग मारने का और पीछे कितने रह गए उन्होंने इरादा ही किया ना छलांग नहीं मारी अभी किसी ने पांच लोग रह गए पांच डॉक्टर बन जाएगी टेकेंगे पायलट बनना चलो एक और सवाल तुसी दसना वा किदी शै वा जिच चीनी ते पाई दी है पर मिठी नहीं हुंदी ਤੇ ਬੋਲੋ ਹੁਣ ਚੀਨੀ ਪਾਈ ਦੀ ਹੈ ਲੇਕਿਨ ਮਿੱਠੀ ਨਹੀਂ ਹੁੰਦੀ ਇਹਦਾ ਵੀ ਜਵਾਬ ਨਹੀਂ ਮੈਂ ਹਾਰ ਗਿਆ ਚਲੋ ਤੁਸੀਂ ਦੱਸੋ ਮੇਰਾ ਜਵਾਬ ਦੱਸਿਆ ਨਹੀਂ ਪਹਿਲੇ ਚੀਨੀ ਡਾਲਦੇ ਆ ਮਗਰ ਉਹ ਮਿੱਠੀ ਨਹੀਂ ਆਤੀ ਸੁਬਾਨ ਮਿੱਠੀ ਜਿੰਦੀ ਮਿੱਠੀ ਹਾਰ ਮਾਰ ਇਹ ਨਹੀਂ ਕਹਿੰਦੀ ਹਾਂ ਹਾਂ ਹੁੰਦੀ ਹੈ ਕੁੜੀਆਂ ਦੀ ਜ਼ਬਾਨ ਮਿੱਠੀ ਹੁੰਦੀ ਤੇ ਅੱਗੇ ਸ਼ਰਮਿੰਦਾ ਜੇ ਹੋ ਕੇ ਹਸਣ ਲੱਗ ਗਈ ਲੈ ਹਾਰ ਮਾਰ ਹਾਰ ਗਏ ਅੱਛਾ ਕੋਈ ਟੈਲੈਂਟ ਹੋਏ ਤੁਹਾਡੇ ਵਿੱਚ ਸਿੰਗਿੰਗ ਸਿੰਗਰ ਬਣਨਾ ਚਾਹੁੰਦੇ ਹਾਂ ਥੋੜਾ ਦੱਸ ਪਾਇਲਟ ਜਾਂ ਸਿੰਗਰ ਨਹੀਂ ਨਹੀਂ ਮਤਲਬ ਕਿ ਟੈਲੈਂਟ ਤਾਂ ਕਾਫੀ ਹੈ ਲੇਕਿਨ ਗਾ ਗਾ ਕੇ ਪਾਇਲਟ ਬਣਨਾ ਹਾਂ ਬਸ ਸਹੀ ਆ ਇਹਨੇ ਸੂਰਾ ਦੇ ਵਿੱਚ ਹੀ ਨਾ ਜਹਾਜ਼ ਨੀਚੇ ਡੇਗ ਦੇਣਾ ਚਲੋ ਗਾਣਾ ਸੁਣਾਓ ਫਿਰ ਹਮ ਸਾਰੇ ਇਕੱਠੇ ਗਾਏਂਗੇ कच्ची डोरियों 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 से मैनू तू बांध ले पक्की यारियों 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 में आंदे ना पास ले ए नाराजगी कागजी सारी तेरी मेरे सोनिया सुन ले मेरी दिल दिया गल्ला करांगे नाल नाल बैके अख नाल अख नू मिला के दिल दिया गल्ला करांगे रोज रोज बैके सच्चिया मोहब्बत निभा के दिल दिया गल्ला सताए मैनू क्यों रुलाए मैनू क्यों ਐਵੇਂ ਝੂਠੀ ਮੋਟੀ ਰੁੱਸ ਕੇ ਰੁਸਾ ਕੇ ਦਿਲ ਦੀਆਂ ਗੱਲਾਂ ਮੈਨੂੰ ਸਹੀ ਸਹੀ ਦੱਸੋ ਤੁਹਾਡੇ ਜੋ ਥੱਥਾ ਗਿਰਾ ਕੋਈ ਵੀ ਨਹੀਂ ਬਸੂਰਾ ਗਿਰਾ ਸਾਰੇ ਬਸੂਰੇ ਠੀਕ ਹੈ ਨਾ ਆ ਇਕੱਠੇ ਗਾਣਾ ਇਸ ਵਾਸਤੇ ਗਾ ਰਹੇ ਸੀ ਕਿ ਪਤਾ ਹੀ ਨਾ ਚੱਲਿਆ ਕਿ ਬਹੁਤਾ ਬਸੂਰਾ ਗਿਰਾ ਸ਼ੁਕਰੀਆ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ फेस्टिवल लगा हुआ माशाल्लाह बहुत एंजॉय कर रहे हैं बहुत मजा आ रहा है अच्छा लगा थे
यहाँ का इन्वायरमेंट बहुत अच्छा है, यहाँ का जो सिस्टम सारा फैमिली के साथ आए हुए, कश्मीर से हैं वैसे हम, लेकिन फेस्टिवल एंजॉय करने आए हुए हैं यहाँ पे। एड्डी दूर से इतने आ गए कश्मीर से, तो आप इतनी खूबसूरती है, तो कहते ना कि लाहौर लाहौर है, कश्मीर से कश्मीरी वैसे कम नहीं है लेकिन लाहौर लाहौर है। सीधी तरह कह रहे थे बीरा खान वेखना है कश्मीर तो। जी जी ऐसा ही है कश्मीर से स्पेशल। अच्छा तुम की करते हो? स्टडी करते हैं। की बनना चाहते हो? क्या बनना चाहते हैं ये अभी डिसाइड करना है। मैंने सोचा नहीं, पढ़ी जाना आने वा। अभी सोचा नहीं है लेकिन कुछ भी कर सकते हैं। सीवी नहीं सोचा? नहीं कुछ भी नहीं सोचा। अच्छा चलो मेरे सवाल का जवाब दें, तुम दसना कि चीनी तो होंगी है पर मिठी नहीं होंगी। चीनी तो होंगी है मिठी नहीं होंगी, एक मिनट सोच के बता दे, चीनी भी होंगी और मीठी भी नहीं। गुड़? नहीं। ये मेरा दोस्त है। चलो तुम कोसी हार गए। नहीं हार नहीं मानते हम, सोच के बताएंगे आप। फिर मैं कह दे दसा जवाब। वो कौन सी चीज है जो मीठी भी होती है और उसमें चीनी नहीं होती? आप से तो दे दें दो तीन। चीनी होती है विच और मीठी नहीं होती। ऑप्शन आ ही है। नहीं मैं ऑप्शन देता फिर पता चल जाना थोनू। नहीं है मेरे हिसाब से हैगी है। की हैगी दस कॉमन सेंस कहीं गया हुआ है तो चले हम बता देंगे आपको थोड़ी देर तक। सेंस कॉमन नहीं रही। तुसी मेरे कह दो सी हार गए। चले आप ही बता दे हार गए। आप ही बता दो पहले। हार मानो। मान लिया। हार मान लिया। वो सी हार गए। असी हार गए। कश्मीरी नहीं हारते। डायलॉग बोलना पैंदा आज हार गए ना। पंजाबी नहीं आते मेरे डायलॉग तो आते। चले एक और सवाल। ਤੁਸੀਂ ਮੈਨੂੰ ਦੱਸਣਾ ਕਿਹਦੀ ਸ਼ੈ ਵਾ ਜਿਹੜੀ ਚੱਲਦੀ ਨਹੀਂ ਆਪਾਂ ਫਿਰ ਵੀ ਬੰਨ ਕੇ ਰੱਖਦੇ ਹਾਂ ਉਹਨੂੰ। ਬੰਨ ਕੇ ਰੱਖਦੇ ਹਾਂ। ਐਸੇ ਸਵਾਲ ਤਾਂ ਮੈਨੂੰ ਪਹਿਲੀ ਮਰਤਬਾ ਸੁਣੇ ਪਹਿਲੀਆਂ। ਪੰਜਾਬੀ ਨਹੀਂ ਆਉਂਦੀ ਇਸ ਐਸੇ ਕੁਛ ਆਈਡੀਆ ਸਮਝ ਨਹੀਂ ਆਉਂਦਾ ਪੰਜਾਬੀ ਨਹੀਂ ਆਉਂਦੀ। ਜੋ ਮੈਂ ਕਹਿ ਰਹੀ ਸਮਝ ਆ ਰਹੀ ਨਾ? ਥੋੜੀ ਬਹੁਤ। ਮੈਨੂੰ ਸਮਝ ਤੇ ਆ ਗਿਆ ਨਾ ਸਵਾਲ ਇਹ ਤੇ ਜਵਾਬ ਤੁਸੀਂ ਦੇ ਦਿਓ ਉਰਦੂ ਜੀ। ਉਹ ਕੌਨ ਸੀ ਚੀਜ਼ ਹੈ ਜੋ ਬੰਨੀ ਜਾਂਦੀ ਹੈ ਲੇਕਿਨ ਚਲਦੀ ਨਹੀਂ? ਹਾਂਜੀ ਚਲਦੀ ਨਹੀਂ ਪਰ ਅਸੀਂ ਬੰਨ ਕੇ ਰੱਖਦੇ ਹਾਂ। मर्द ज्यादा अहम होते या औरतां? दोनों अहम होते हैं। मुआशरे च में दोनों की इज्जत बराबर ही है क्योंकि औरत का भी बड़ा मुकाम और मर्द का भी बड़ा मुकाम। ਬਰਾ ਕੋਈ ਤੇ ਹਜੇ ਟਕਰਿਆ ਜਿਹਨੇ ਸਹੀ ਗੱਲ ਕੀਤੀ। ਅੱਛਾ ਤੁਹਾਨੂੰ ਸ਼ੌਕ ਆ ਸਿੰਗਿੰਗ ਦਾ? ਚਲੋ ਸੁਣਾਓ। ਮੇਰੀ ਦਹਲੀਜ਼ ਸੇ ਹੋ ਕਰ ਬਹਾਰੇ ਜਬ ਗੁਜ਼ਰਤੀ ਹੈ ਯਹਾਂ ਕਿਆ ਧੂਪ ਕਿਆ ਸਾਵਨ ਹਵਾਏ ਵੀ ਬਰਸਤੀ ਹੈ। ਚਲੋ ਜੀ ਸ਼ੁਕਰੀਆ ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਇੱਥੇ? ਅਸੀਂ ਸੈਰ ਸਪਾਟੇ ਕਰਨ ਵਾਸਤੇ ਆਏ ਹਾਂ, ਲਾਹੌਰ ਘੁੰਮਣ ਵਾਸਤੇ। ਚਾਹਤੀ ਸੀ ਪਾਂਜੀ ਦੀ ਤਾਂ ਉਹਦੇ 'ਚ ਵਿਆਹ ਫਾਰਗ ਹੋ ਕੇ ਤਾਂ ਅਸੀਂ ਥੋੜ੍ਹਾ ਸੈਰ ਸਫਰੀ ਕਰ ਲਈਏ ਲਾਹੌਰ ਦੇ ਵਾਲਾ ਘੁੰਮ ਫਿਰ ਲਈਏ। ਤੁਹਾਨੂੰ ਕੀ ਵਧੀਆ ਲੱਗਿਆ ਇੱਥੇ ਆ ਕੇ? ਲਾਹੌਰ ਮਾਸ਼ਾ ਅੱਲਾਹ ਬਹੁਤ 20-22 ਸਾਲ ਪਹਿਲੇ ਅਸੀਂ ਆਏ ਸੀ ਤਾਂ ਕਾਫੀ ਚੇਂਜਿੰਗ ਹੋ ਗਈ ਹੈ ਕਿ ਬਹੁਤ ਕੁਛ ਬਦਲੀ ਹੋ ਚੁੱਕਿਆ ਹੈ। ਨਿਆ ਬੰਦਾ ਹੁੰਦੀ ਸੀ ਲਾਹੌਰ 'ਚ ਇੰਜੋਏ ਕਰ ਸਕਦਾ ਕਿ ਮਤਲਬ ਇੱਕ ਹਿਸਾਬ ਨਾਲ ਸਮਝ ਨਹੀਂ ਤਬਦੀਲੀ ਹੋ ਗਈ। ਸੋਹਣੀਆਂ ਕੁੜੀਆਂ ਆ ਗਈਆਂ ਨਾ? ਕੁੜੀਆਂ ਦਾ ਅਸੀਂ ਕਹਿ ਸਕਦੇ ਕਿ ਕੁੜੀਆਂ ਸੋਹਣੀਆਂ ਦਾ ਗੱਲ ਨਹੀਂ ਕਰਦਾ ਪਾਇਆ ਕਿ ਤਬਦੀਲੀ ਸ਼ਹਿਰ 'ਚ ਬਹੁਤ ਹੋ ਚੁੱਕੀ ਹੈ ਕਿ ਉਹਨਾਂ ਨਿਆ ਬੰਦਾ ਜਾ ਕੇ ਇੰਜੋਏ ਕਰ ਸਕਦਾ ਕਿਆ ਪਤਾ। ਦਿਲ ਰੱਖਣ ਵਾਸਤੇ ਕਹਿ ਦਿੰਦਾ ਨਹੀਂ ਨਹੀਂ ਹਾਂ ਵਾਕਈ ਆ ਗਈਆਂ ਸੋਹਣੀਆਂ ਕੁੜੀਆਂ। ਚਲੋ ਸੋਹਣੀਆਂ ਕੁੜੀਆਂ ਵੀ ਹੈਗਾ, ਮਤਲਬ ਹੁਸਨ ਦੇ ਨਾਲ ਹੀ ਹੈ ਨਾ ਹਰ ਚੀਜ਼। ਹੁਸਨ ਹੋਏਗਾ ਤਾਂ ਹਰ ਚੀਜ਼ ਚੰਗੀ ਲੱਗਦੀ ਹੈ, ਹੁਸਨ ਨਾ ਹੋਏ ਤਾਂ ਹਰ ਚੀਜ਼ ਬੇਕਾਰ ਹੈ। ਅੱਛਾ ਕੀ ਕਰਦੇ ਤੁਸੀਂ? ਅਸੀਂ ਜੇ ਟੇਲਰ ਮਾਸਟਰ ਹਾਂ। ਸਹੀ ਹੈ ਤੇ ਸਰ ਤੁਸੀਂ ਕੀ ਕਰਦੇ ਹੋ? ਮੈਂ ਪਹਿਲੇ ਸਪੋਰਟਸਮੈਨ ਥਾ, ਮਜਬੂਰੀ ਹੈ, ਮੈਂ ਵੀ ਟੇਲਰ ਹਾਂ। ਅੱਛਾ ਪਹਿਲੇ ਤੁਸੀਂ ਮਤਲਬ ਕਿਹਦੀ ਗੇਮ ਖੇਡਦੇ ਸੀ? ਖੇਡਦੇ ਕ੍ਰਿਕਟ ਖੇਡਦੇ ਸੀ। ਕਿੰਨੇ ਸਾਲ ਖੇਡਿਆ? ਤਕਰੀਬਨ 30 ਸਾਲ ਖੇਡਿਆ ਕ੍ਰਿਕਟ। ਅੱਛਾ ਤੁਹਾਡੀ ਬੋਲਿੰਗ ਅੱਛੀ ਸੀ ਜਾਂ ਬੈਟਿੰਗ? ਮੈਂ ਆਲ ਰਾਊਂਡਰ ਨੇ ਸੀ, ਬੋਲਿੰਗ ਬੈਟਿੰਗ ਸਾਰਾ ਕੁਝ ਹੀ ਕਰਦਾ ਸੀ ਅਲਹਮਦੁਲਿਲਾ। ਅੱਛਾ ਸਹੀ। ਚਲੋ ਮੈਚ ਦੇ ਹਵਾਲੇ ਨਾਲ ਪੁੱਛਦੇ ਕਿਉਂਕਿ ਮੈਚ ਚੱਲ ਰਿਹਾ ਵਾ, ਤੁਸੀਂ ਕਿਹਦੀ ਟੀਮ ਨੂੰ ਸਪੋਰਟ ਕਰਦੇ ਹੋ? ਅਲਹਮਦੁਲਿਲਾ ਲਾਹੌਰ ਲਾਹੌਰ ਹੈ ਔਰ ਲਾਹੌਰ ਨੂੰ ਮੁਬਾਰਕਬਾਦ ਮੈਂ ਦੇ ਰਿਹਾ ਵਾਂ
क्योंकि शुक्र है 7 साल बाद जीती टीम तो बड़ी खुशी हुई है सारे में बहुत बहुत मुबारक देना है लाहौर दी टीम जीत गई है अल्हम्दुलिल्लाह पता नहीं लगा लेते आज 2 दिन हो गए इस गल नू और ये पूरी दुनिया लिए दरवाजे खुल गए ने अल्हम्दुलिल्लाह पाकिस्तान की क्रिकेट होएगी इंशाल्लाह ताला अल्लाह दे हुक्म नाल और आस्ट्रेलिया की टीम आई इंशाल्लाह इस तरह पूरे ममालिक जड़े ने वो देखेंगे कि भी पाकिस्तान पूरा अमन माहौल है इतने अच्छा है इतने सारे आएंगे इंशाल्लाह देखो ना पार्क दे जिप्सी देखो कि कितना अच्छा माहौल है सारा कुछ है और जी हुसैन की गल माशाल्लाह असी मुसलमान है कुदरती तौर पर अल्लाह का नूर है सारे ते ये अल्हम्दुलिल्लाह ਵੱਧ ਗਿਆ ਮੇਕਅਪ ਨਾ ਕੁਛ ਬਹੁਤਾ ਵੱਧ ਜਾਂਦਾ ਵਾ ਉਹ ਤੇ ਫਿਰ ਹੈਗਾ ਉਹ ਤੇ ਹੈਗਾ ਫਿਰ ਵਕਤ ਦੇ ਸਾਹਮਣੇ ਹਰ ਚੀਜ਼ ਹਰ ਚੀਜ਼ ਕਰਨੀ ਪੈਂਦੀ ਨਾ ਬਸ ਅੱਛਾ ਤੁਸੀਂ ਉਹ ਮੇ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਕਿਹੜੀ ਸ਼ੈ ਵਾ ਜਿਹੜੇ ਵਿੱਚ ਚੀਨੀ ਪਾਈ ਦੀ ਪਰ ਮਿੱਠੀ ਨਹੀਂ ਹੁੰਦੀ ਮਹਮੂਦ ਭਾਈ ਤੁਸੀਂ ਦੱਸੋ ਚੀਨੀ ਪਾਈ ਦੀ ਮਿੱਠੀ ਨਹੀਂ ਹੁੰਦੀ ਇਹ ਗੱਲ ਨਹੀਂ ਜੀ ਨਹੀਂ ਪਤਾ ਸ਼ਾਇਦ ਦੀ ਕਿਉਂਕਿ ਸ਼ਾਇਦ ਪਹਿਲੇ ਵੀ ਮਿੱਠਾ ਹੁੰਦਾ ਤੇ ਉਹਦੇ ਚ ਮਜ਼ੀਦ ਹੋ ਜਾਂਦਾ ਕਿਉਂਕਿ ਉਹ ਜ਼ਾਇਕਾ ਉਹੀ ਰਹਿੰਦਾ ਹੈ ਮੇਰਾ ਖਿਆਲ ਹੈ ਉਹ ਤੇ ਸ਼ਾਇਦ ਮਿੱਠਾ ਹੋ ਜਾਂਦਾ ਨਾ ਲੇਕਿਨ ਉਹ ਸ਼ੈ ਮਿੱਠੀ ਨਹੀਂ ਹੁੰਦੀ ਅਸੀਂ ਚਲੇ ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਉਹ ਕਿਹਦੀ ਸ਼ੈ ਵਾ ਜਿਹੜੀ ਚੱਲਦੀ ਫਿਰਦੀ ਨਹੀਂ ਪਰ ਆਪਾਂ ਨੂੰ ਬੰਨ ਕੇ ਰੱਖਦੇ ਅਸਲ ਤੇ ਕੈਮਰੇ ਚ ਆ ਕੇ ਨਾ ਜੋ ਆਂਦਾ ਵੀ ਹੁੰਦਾ ਨਾ ਗਜ਼ੇਟਾ ਉਹ ਸੇਂ ਚ ਨਿਕਲ ਜਾਂਦਾ ਹੈ ਅੱਛਾ ਚਲੋ ਹਿੰਟ ਦਵਾ ਤੁਹਾਨੂੰ ਹਿੰਟ ਦਿੰਦੀ ਆ ਕਿ ਇਸ ਟਾਈਮ ਉਹ ਸ਼ੈ ਤੁਹਾਡੇ ਕੋਲ ਹੋਏਗੀ ਮੋਬਾਈਲ ਤੁਸੀਂ ਕਿੱਥੇ ਬੰਦ ਕੇ ਰੱਖਦੇ ਆ ਨੂੰ ਦੁਕਾਨ ਨਹੀਂ ਕਿਹਦੀ ਦੁਕਾਨ ਲੱਗ ਕੇ ਫਿਰਦੇ ਸ਼ੂਜ਼ ਹੀ ਹੈ ਉਹੀ ਬੰਦ ਕੇ ਰੱਖ ਦੇਣਗੇ ਜਾਂ ਬਾਕੀ ਤੇ ਜੇ ਘੜੀ ਹੈ ਜਾਂ ਸ਼ੂਜ਼ ਹੈ ਨਹੀਂ ਕਈ ਬੰਨਣ ਵਾਲੇ ਨਹੀਂ ਵੀ ਹੁੰਦੇ ਦੇਖਣਾ ਬੰਨੀ ਹੈ ਹਾਂਜੀ ਚਲੋ ਕੋਈ ਤੁਸੀਂ ਸ਼ੇਅਰ ਕਰਨਾ ਚਾਹੋਗੇ ਕੋਈ ਸ਼ੇਰੋ ਸ਼ਾਇਰੀ ਆਂਦੀ ਹੋਵੇ ਤੁਹਾਨੂੰ ਇਹ ਤਾਂ ਮੈਂ ਕਹਾਂ ਮੈਨੂੰ ਤੇ ਨਹੀਂ ਚੱਲ ਰਿਹਾ ਤੁਸੀਂ ਕਦੀ ਸ਼ੇਰੋ ਸ਼ਾਇਰੀ ਜਵਾਨੀ ਚ ਵੀ ਨਹੀਂ ਕੀਤੀ ਸ਼ੇਰ ਆਂਦਾ ਇੱਕ ਆਂਦਾ ਸ਼ੇਰ ਉਹ ਸਾਰੇ ਲਈ ਗਏ ਆਪਣੇ ਹੀ ਗਿਰਾਤੇ ਹੈ ਨਸ਼ੇ ਮਨ ਪੇ ਬਿਜਲੀਆਂ ਹਾਏ ਇਹ ਤੇ ਵਧੀਆ ਸ਼ੁਕਰੀਆ ਜੀ ਨਾਜ਼ਰੀਨ ਵਕਤ ਹੋ ਗਿਆ ਛੋਟੀ ਸੀ ਬ੍ਰੇਕ ਕਾ ਆਪਨੇ ਕਹੀਂ ਨਹੀਂ ਜਾਣਾ ਤੁਸੀਂ ਚੈਨਲ ਨਹੀਂ ਬਦਲਣਾ ਤੁਸੀਂ ਇੱਥੋਂ ਉੱਠਣਾ ਨਹੀਂ ਹੈ ਮੈਂ ਜਲਦੀ ਵਾਪਸ ਆਉਂਗੀ वेलकम बैक नाज़रीन ब्रेक से हम वापस आ चुके हैं चलो चलिए लोग आवाज़ ते सवाल करिए अस्सलाम वालेकुम वालेकुम सलाम जी सर की करना है तुसे थे उर्दू बोलो मैं तो पंजाबी बोलनी मुझे समझ में नहीं आती बोले उर्दू बोले आप क्या करने आए हैं थे मैं कराची से यहाँ घूमने आया हूँ अच्छा कराची तो आए फिर इन्हें पल्ले तो कख नहीं पैना है अच्छा आप क्या करते हैं मैं सिंगिंग करता हूँ सिंगर बनना चाहते हो जी बिल्कुल अच्छा पहले आपने मेरे सवालों के जवाब देने फिर आप देखेंगे थोड़े तो किरा सिंगर लुकया ठीक है मेरा सवाल आपसे ये आपने बताना है पांच दोस्त दीवार पे बैठे हैं तीन दोस्तों ने इरादा कर दिया है कि हमने यहाँ से छलंग मार देनी हूँ बस बाकी कितने रह गए दो नहीं दो ही रह गए पाँच नहीं पाँच ये भी मारी नहीं है अच्छा एक और सवाल आपने बताना है वो कौन सी चीज है जो चलती फिरती नहीं पर हम उसको बांध के रखते हैं जानवर है नहीं ना कीड़ा जानवर है लंगड़ा तौर पर नहीं सकता नहीं मालूम आपने कहना मैं हार गया मैं हार गया हाय देखिए अच्छा आपकी नजर में मर्द अफजल है या औरत मर्द ही अफजल होता है औरत का नाम तो अफजल फटाफट देखिए मर्द अफजल तो नाम मर्द अफजल का ही होता है अफजल नाम रुक जाओ अच्छा तुसी दसना थोड़ी नजर से मर्द अफजल है या औरत मर्द मर्द का नाम ही अफजल होता है औरत का नाम तो अफजल होता नहीं है रब्बा मतलब अहम अहमियत की रही है पोती दोनों की है बराबर बराबर ਕਟ ਵਾਦ ਨੇ ਨਹੀਂ ਸ਼ੁਕਰ ਆ ਨਹੀਂ ਤੇ ਮਰਦਾਂ ਨੇ ਹੀ ਕਹਿਣਾ ਸੀ ਅਸੀਂ ਬਸ ਅਫਜ਼ਲ ਆ ਦੋਨੋਂ ਬਰਾਬਰ ਅੱਛਾ ਚਲੋ ਤੁਸੀਂ ਸਾਨੂੰ ਫੇਰ ਕੋਈ ਗਾਣਾ ਸੁਣਾ ਦਿਓ ਦੁਆ ਵੀ ਲਗੇ ਨਾ ਮੁਝੇ ਦਵਾ ਵੀ ਲਗੇ ਨਾ ਮੁਝੇ ਜਬ ਸੇ ਦਿਲ ਕੋ ਮੇਰੇ ਤੂੰ ਲਗਾ ਹੈ ਨੀਂਦ ਰਾਤੋਂ ਕੀ ਮੇਰੀ
चाहत बातों की मेरी चैन को भी तूने मेरे यूं ठगा है। जब सांसें भरूं मैं बंद आंखें करूं मैं नजर तू यार आया दिल को करार आया तुझ पे है प्यार आया पहली पहली बार आया ओ यारा दिल को करार आया तुझ पे है प्यार आया पहली पहली बार आया ओ यारा। बढ़िया आवाज है। अच्छा मैं तुम सिंगर ही क्यों बनना चाहते हो? बचपन शौक। बचपन प्लंबर भी बन सकते हो? नहीं प्लंबर मेरा मूड है। बिल्कुल है का वा इलेक्ट्रिशियन बन जाओ। सिंगर जैसा ही मूड मेरा। ਤੁਹਾਨੂੰ ਪਤਾ ਕਿ ਸਿੰਗਰ ਵਿਚਾਰੇ ਇੱਥੇ ਗਾਂਦੇ ਗੁੰਦੇ ਰੋਲਦੇ ਰਹਿ ਜਾਂਦੇ ਆ ਉਹਨਾਂ ਨੂੰ ਕਿਸੇ ਪਲੇਟਫਾਰਮ ਨਹੀਂ ਮਿਲਦਾ। ਮੈਂ ਕਰਾਚੀ ਬਹੁਤ ਅੱਛੇ ਲੈਵਲ ਕੇ ਸ਼ੋਅਸ ਕਰਤਾ ਹੂੰ ਕਾਂਸਰਟ ਲੈਵਲ ਕੇ ਸ਼ੋਅਸ ਕਰਦੇ ਹੋ ਸ਼ੋਅ? ਹਾਂ ਕਾਂਸਰਟ ਲੈਵਲ ਕੇ ਸ਼ੋਅਸ ਕਰਤਾ ਹੂੰ ਕਰਾਚੀ ਮੈਂ। ਭਾਈ ਸਲਾਮ ਆ ਕਰਾਚੀ ਆ ਰਹੇ ਹੋ ਬਰਦਾਸ਼ਤ ਕਰਦੇ ਹੋ? ਨਹੀਂ ਨਹੀਂ ਕਰਾਚੀ ਵਾਲੇ ਬੜੇ ਅੱਛੇ ਹੈ। ਮਜ਼ਾਕ ਕਰੀ ਵਧੀਆ ਵਾਸੀ ਸ਼ੁਕਰੀਆ ਸਰ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਇੱਥੇ? ਹਮ ਯਹਾਂ ਪੇ ਘੁੰਮਨੇ ਆਏ ਇੰਜੋਏ ਕਰਨੇ ਆਏ। ਕੀ ਕਰਦੇ ਹੋ ਤੁਸੀਂ? हम स्टडी करते हैं। ये बनना चाहते हो? मैं डॉक्टर बनना चाहती हूँ। मैं डॉक्टर तेरी? मैं डेंटल डॉक्टर। डिसाइड नहीं किया अजे। इन्हें तो दांत भन्नने ना लोगों के कड़ने हैं। तुझे क्यों नहीं डिसाइड किया? पता नहीं। अच्छा हले नहीं सोचे। चलो कोई नहीं, मेरे सवाल का जवाब देना। तुझे दसना किरी शेवा जड़ी चलती फिरती नहीं फिर भी आप बन के रखते हैं कड़ी हाथ च पाने वाली कड़ी वॉच दिमाग चलता बन सकती है डॉक्टर। चलो एक होर सवाल तुसी दसना वा के ओ किरी शै वा जिच चीनी पाई दी पर मिठी नहीं होंदी? मैं पता इन्हां नूं जवाब आंदा वा। शुगर पॉट। शुगर पॉट गूगल कर लिया। बढ़िया सियाणियां करोगे गूगल कर। गूगल नहीं किया, गूगल नहीं किया। अच्छा चलो मैनूं दसो के साडे मुआशरे च तुहाडा की ख्याल आ, मर्द ज्यादा अफजल आ या औरतां? मर्दों को ज़्यादा प्रायोरिटी दी जाती है औरतों की निस्बत, औरतों को भी देनी चाहिए। कुछ जो आपके जैसी होती हैं वो मार सकती हैं, कुछ जो शरीफ शरीफ होती है वो नहीं मार सकती। ना कोट ना भाड़ के बंदा आप शुरू हो जावे। तुसी दसो सही कह रही है? हाँ जी। करना चाहिए औरतों को? हाँ जी। ये हर पास ही हाँ जी। जिंदगी थानू मौका मिले ठीक है, थानू कुटिया किसी ने तो तुसी अगे कुटोगे? ਮਾਰਾ ਕਹਿੰਦੀ ਆ ਕੋਕ ਨਹੀਂ ਪੂਰੇ ਮਿਲਦੇ ਤੇਰੇ ਕੁੱਟ ਕੇ ਆਈ ਆ। ਬੱਚੀ ਹੂੰ ਮੈਂ, ਔਰਤ ਥੋੜੀ ਹੂੰ ਅਭੀ। ਓਹੋ ਗੱਲ ਤੇ ਉਹੀ ਆ ਗਈ, ਕੁੜੀ ਬੱਚੀ ਔਰਤ ਆਂਟੀ ਬੁੱਢੀ ਹੋ ਇੱਕੋ ਹੀ ਕੈਟਾਗਰੀ ਆ। ਮੈਂ ਆਪਣੀ ਬਾਤ ਕਰ ਰਹੀ ਹੂੰ ਨਾ, ਮੈਂ ਤਾਂ ਮਾਰ ਸਕਦੀ ਹੂੰ ਲੇਕਿਨ ਜੋ ਸ਼ਰੀਫ ਹੈ ਜੋ ਨਹੀਂ ਮਾਰ ਸਕਦੀ ਉਨਕੀ ਬਾਤ ਕਰ ਰਹੀ ਹੂੰ ਨਾ ਮੈਂ। ਤੁਸੀਂ ਸ਼ਰੀਫ ਨਹੀਂ ਹੈ? ਨਹੀਂ ਮੈਂ ਬਦਮਾਸ਼ ਹੂੰ ਗੁੰਡੀ। ਚਲੋ ਕੋਈ ਟੈਲੈਂਟ ਹੈਗਾ ਤੁਹਾਡੇ ਵਿੱਚ? ਜੀ ਗਾਣਾ ਗਾ ਸਕਦੇ ਹਾਂ। ਚਲੋ ਗਾਓ ਫਿਰ। दुआ भी लगे ना मुझे, दवा भी लगे ना मुझे, जब से दिल को मेरे तू लगा है। नींद रातों की मेरी, चाहत बातों की तेरी, चैन को भी मेरे तूने यूं ठगा है। जब सांसें भरूं मैं बंद आंखें करूं मैं नजर तू यार आया दिल को करार आया तुझ पे है प्यार आया पहली पहली बार आया ओ यारा। ਇੱਧਰ ਤੇ ਦੁਆ ਦਵਾ ਦੇ ਨਾਲ ਖੁਰਾਕ ਵੀ ਨਹੀਂ ਲੱਗਦੀ, ਭੈਣਾ ਕੁਛ ਖਾਇਆ ਕਰ, ਖਾਇਆ ਪੀਆ ਕਰ ਖੁੱਲ ਕੇ ਜੀ, ਕੀ ਟੈਨਸ਼ਨ ਆ? ਖਾਨੀ ਆ। ਇੰਨੇ ਮਾੜੇ ਕਿਉਂ? ਪਤਾ ਨਹੀਂ ਅੱਲਾਹ ਵੱਲੋਂ। ਅੱਛਾ ਵੇ ਠੀਕ ਆ, ਸ਼ੁਕਰੀਆ ਵਧੀਆ ਹੋ ਗਿਆ। ਅਸਲਾਮ ਅਲੈਕੁਮ। ਜੀ ਵਾਲੇਕੁਮ ਅਸਲਾਮ। ਕੀ ਕਰਨ ਆਏ ਤੁਸੀਂ ਇੱਥੇ?
विजिट करने के लिए आए हैं और यहाँ पे मतलब हमारा अपना भी चैनल है वीलॉगिंग का, तो उससे रिलेटेड हम आइडिया हुआ था कि भाई यहाँ पे इस तरह मतलब के फेस्टिवल है, स्प्रिंग फेस्टिवल, तो हमने कहा चले हम भी विजिट कर लेते हैं। पिछली बार कैप्चर कर दियो हरी जगह ते रश वेख के। फर्स्ट ऑफ ऑल तो हम अपने स्लोमो वगैरह बनाते हैं सही, उसके अलावा जो मेन चीज़ है यहाँ पे वो मतलब के लोग किस तरह मतलब के कुछ हम भी जिस तरह आप बात करें इस तरह हम भी बात करते हैं लोगों से, ठीक है, और उनके आइडियाज लेते हैं बिजनेस रिलेटेड। बहुत बोरिंग है फिर बोरिंग नहीं है, तो बड़ा ज़बरदस्त चैनल है वो, और वहाँ से लोग सीख भी रहे हैं, स्टूडेंट्स भी सीख रहे हैं ऑनलाइन अर्निंग घर में बैठ के, तो उस रिलेटेड हम यहाँ पे आके बिजनेस के आइडियाज लेते हैं लोगों के और मतलब कि उनको बताते हैं कि भाई आप लोगों के लिए कौन सा मैटर है। आइडियाज लेने के गोल गप्पे जो तुम कि आलू पाते हैं आइडिया लेने। नहीं नहीं गोल गप्पे तो हमने अभी भी खाए, गोल गप्पे भी हमने खाए हैं, ठीक है, और जाहिर है कि साथ फन भी होता है और साथ मतलब के चिप्स कि बेसन लाते चिप्स का, तो चिप्स को तो वही बेसन लगाते ना जो बनाता है। इसमें देखें हमारे पास भी लिमिटेड टाइम होता है, ठीक है, और हम इस तरह लड़कियों के पीछे फायदा नहीं है कोई, ठीक है, और पहले वाम सारी इन चक्रों में हुई पड़ी। अरे तुझे यही काम करते हैं। जी जी बिल्कुल, मैं इनका स्टूडेंट हूँ, ये मुझे सिखाते हैं ऑनलाइन का काम सारा। तेरे पास इंटर्नशिप करते हैं। अच्छा की फायदा, वही वेले तुसी भी वेले फिर। नहीं नहीं कहाँ वेले, फाइबर पे माशाल्लाह अच्छा काम है हमारा, ऑनलाइन सही पैसे कमा रहे हैं। चलो वधिया गल है भैया, काम चंगा जान चाहिए। सिंगिंग का शौक है? जी जी बिल्कुल अल्हम्दुलिल्लाह। पहले सवाल का जवाब दो फिर थोड़े को गाना सी सुनते हैं। तुसी दसना वा के ओखीदी शेवा चलती फिरती आ, पर फिर भी आप नहीं चलती फिरती नहीं आ, फिर भी अपन बंद के रख दे। मतलब कौन सी चीज़ है? चलती फिरती नहीं है फिर भी बांध के रखते हैं। चलती फिरती नहीं है फिर भी बांध के रखते हैं, मेरे ख्याल से तो बेल्ट कोई बांध के रखते हैं। दिमाग हैगा वा। चलो एक और सवाल तुसी दसना, किदी शेवा जी चीनी पाई दी मिठी नहीं हुंदी? परो इतना इजी सवाल है तो मीठी कोक नहीं, जिसके मतलब के जो मिठी नहीं हुंदी अच्छा नहीं होती, हम चीनी डालते हैं वो नाले ने कहता कोली जड़ी हुंदी यार, जैसे चीनी वाला मिठी चीनी पोट शुगर पोट हुंदा वा। अच्छा चलो सानू गाना सुनाओ हुन। खामोशियाँ आवाज है तुम सुनने तो आओ कभी, छूकर तुम्हें खिल जाएंगी, घर इनको बुलाओ कभी। बेकरार है बात करने को, कहने दो इनको जरा। खामोशियाँ तेरी मेरी खामोशियाँ, खामोशियाँ लिपटी हुई खामोशियाँ। आवाज़ वधिया, थोड़ा दर्द की जरूरत है तो मैं थानू ना थोड़ा टिप्स देख जाती हाँ, आवाज़ से दर्द लैन की करना चाहिए, ठीक है? नहीं दर्द तो बहुत है लेकिन मैं इजहार नहीं कर सकता। मैं कहती हूं मैं तरीका दसा कि दर्द आएगा। बताएं बताएं बताएं, जो तुम गाते हो ना किसी को कहना कि मेरे पैर से थोड़ी मार दो दर्द आएगा। जबरदस्त आईडिया वैसे आपका। या थोड़ी नहीं किसी को कहता तो मेनू चांडे चुंड मार दर्द आएगा। सही 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 दिन इसके पांव पे तो हां वैसे हो सकता, पॉइंट है पॉइंट है। इतना दर्द झेलिया नहीं सी जाना। शुक्रिया वधिया आ गया जी। ना जी ना, आज मैं पाक आई सी प्रोग्राम करन में की सवाल किते तेरे जवाब किसी थानू दस के जावांगी। नाजरीन मेरा पहला सवाल है कि किरी शेवा जड़ी तुर फिर नहीं सकती पर अपन बन के रख दे और जवाब कड़ी। मेरा दूसरा सवाल ये कि पांच बंदे दीवार ते बैठे है, तीन जाने ने इरादा कर लिया छलंग मारन दा, बाकी किन्ने रह गए? बाकी पांच ही रहिंदे, हले इरादा किया उन्होंने छलंग नहीं मारी। नाजरीन मेरा तीसरा सवाल ये कि किरी शेवा जे आप चीनी पाईए तो मिठी नहीं होंगी, वो शुगर पोट,
एक सवाल मैं उनसे किया सी आवाम की राय जानने वास्ते कि उन्हों की राय की है कि मर्द ज़्यादा अफजल होंगे या औरतें, तो तुम देख लिया होना कई लोगों ने क्या बराबर होंगे तो कई ने क्या नहीं औरतों इन्नी वैल्यू नहीं दी जाती, लेकिन तुम भी लाजमी दसना कि कौन अफजल है मर्द या औरत। लेकिन जिथे तक मेरा भी ख्याल आ कि मर्द औरत नूं बराबर दे हकूक देने चाहिए क्योंकि साढ़े इस्लाम ने भी दिते आ। खैर मेरे प्रोग्राम का वक्त खत्म हो गया, अपनी बीरा नूं इजाजत दिओ, जल्दी तुहाडे नाल मुलाकात होएगी नवी जगह ते नवे सवालों नवीं जुगतां नवे कपड़े नवे मेकअप नवे बीरा। अल्लाह हाफिज़।